ਹੋਗਾਰਥ ਵਿਸ਼ਵ ਪ੍ਰਸਿੱਧੀ ਵਾਲਾ ਕਾਰਟੂਨਿਸਟ ਹੋਇਆ ਇੱਕ ਵਾਰੀ ਉਹ ਆਪਣੇ ਦੋਸਤਾਂ ਮਿੱਤਰਾਂ ਤੇ ਪ੍ਰਸ਼ੰਸਕਾਂ ਨਾਲ ਇੱਕ ਹਾਲ 'ਚ ਬੈਠਾ ਇੱਕ ਕਾਰਟੂਨ ਬਣਾ ਰਿਹਾ ਸੀ ਜਿੱਥੇ ਇੱਕ ਸੁੰਦਰ ਪ੍ਰਸ਼ੰਸਕ ਇਸਤਰੀ ਉਸ ਕੋਲ ਆ ਕੇ ਕਹਿਣ ਲੱਗੀ ਮੈਂ ਕਾਰਟੂਨ ਬਣਾਉਣੇ ਸਿੱਖਣਾ ਚਾਹੁੰਦੀ ਹਾਂ ਹੋਗਾਰਥ ਨੇ ਕਿਹਾ ਇਹ ਕਲਾ ਨਾ ਸਿੱਖੀ ਇਹ ਕਲਾ ਨਹੀਂ ਸਿੱਖਣੀ ਚਾਹੀਦੀ ਕਾਰਟੂਨ ਬਣਾ ਬਣਾ ਕੇ ਭਾਵੇਂ ਮੈਂ ਪ੍ਰਸਿੱਧ ਹੋ ਗਿਆ ਪਰ ਮੈਂ ਸੁੰਦਰਤਾ ਨੂੰ ਮੰਨਣਾ ਭੁੱਲ ਗਿਆ ਹਾਂ ਮੈਨੂੰ ਹਰ ਕਿਸੇ ਦਾ ਚਿਹਰਾ ਟੇਡਾ ਮਿੱਡਾ ਹੀ ਨਜ਼ਰ ਆਉਂਦਾ ਹੈ ਮੈਨੂੰ ਕੋਈ ਚਿਹਰਾ ਸਬੂਤਾ ਨਜ਼ਰ ਨਹੀਂ ਆਉਂਦਾ ਮੈਂ ਹਰ ਚਿਹਰੇ ਨੂੰ ਵਿਗਾੜ ਕੇ ਹੀ ਵੇਖਦਾ ਮਨੁੱਖੀ ਚਿਹਰੇ ਤੇ ਮਨੁੱਖੀ ਸ਼ਖਸੀਅਤ ਵਿੱਚ ਉਹ ਸੁੰਦਰਤਾ ਤੇ ਰੋਹਾਨੀਅਤ ਵੇਖਣ ਦੇ ਪੱਖੋਂ ਮੈਂ ਵਿਕਲਾੰਗ ਹੋ ਰਿਹਾ ਮੇਰੀਆਂ ਅੱਖਾਂ ਠੀਕ ਹਨ ਪਰ ਮੈਂ ਵੇਖਦਾ ਕਾਣਿਆਂ ਵਾਂਗ ਕਿਉਂਕਿ ਮੈਂ ਹਰ ਚਿਹਰੇ ਨੂੰ ਕਾਰਟੂਨ ਬਣਾਉਣ ਦੀ ਦ੍ਰਿਸ਼ਟੀ ਨਾਲ ਵਿਗਾੜ ਕੇ ਹੀ ਵੇਖਦਾ ਤੇ ਵਿਖਾਉਣਾ ਤੈਨੂੰ ਮੇਰਾ ਸੁਝਾਅ ਹੈ ਕਿ ਤੂੰ ਇਹ ਕਲਾ ਨਾ ਸਿੱਖੀ ਕਿਉਂਕਿ ਮੇਂ ਨਾ ਤੂੰ ਆਪ ਸੁੰਦਰ ਰਹੇਂਗੀ ਤੇ ਨਾ ਤੂੰ ਜ਼ਿੰਦਗੀ ਦੀ ਸੁੰਦਰਤਾ ਮਾਨ ਸਕੇਂਗੀ ਧੰਨਵਾਦ